जुगनू हाजर है, जुगनू हाजर है। गल्ला सच्चिया खोल सुनावे, ना किसे गलों कबरावे, जे हसने नू दिल चावे ताया जो। वर्दी पाके थाने दे विच खड़ जांदा, कदे बस्ता लेके विच स्कूले वड़ जांदा, बड़े पेत खलौंदा बीबो पुआ कमली तो। वागरू वागरू भला कौन हसे बिन रह जू चंडे अमली तो। कम केड़े जो नी करदा, ना काटे वादे डरदा, कदे जित जांदा कदे हरदा वेखो। अज लगता मेरे साथियों चो कोई बोलिया ही नहीं, कणक चो भी दातियां पै गई, लगता कम्मा कारा च गए सारे, काम भी कर नहीं है। चलो आ जाएंगे, अज तक कोई काम नहीं उत्ते टोना काम आ जाओ पा ली। लेट हो गया उठन, करके सिर जा दुखन लग गया, रात थोड़ी जी ज्यादा हो गई थी, करके फिर लस्सी लिया नंबरदार दे, फिर वो बीका सूल जी का भी कैपसूल जी ने हूं ठीक करते, हूं तो ठीक है। मैनू तो आया थी भी तू कि शहर शूर नू भाग्या होवेगा। आओ जाता है और आओ नंबरदार दे ओ पाड़िया। हाँ की है? बह जा। सत श्रीकाल। सत श्रीकाल। तू तो सीखा नहीं ना, गल नहीं पढ़िया पढ़िया लिखिया। हाँ जी हाँ पढ़ हो बेटा, उन्होंने तू समझ फिर किधर चलिया हूँ तैयारी तुरी जी करके हुए। मेरे पेपर ने, पेपर की तैयारी कर रहे हैं, घरे चलिया पढ़ने वास्ते। एक कदों को भाई थोड़े पेपर शुरू ने समझ? मेरे पेपर कल तो शुरू ने। अच्छा फिर कदों तक चलेंगे? चलेंगे मैं दस दिना तेन, कल ने न्याई वाले खेत कणक बढ़नी शुरू करनी है, इधरों काम शुरू उधरों पेपर शुरू। तेरा बापू मंडी च कणक बेच के आ गया, उदी पेपर खत्म। काम के नाल ही चलते ने, नाल ही टलते ने, दो तीन बारी होंगे ने साल च ना पेपर, जो जीरी लाउनी उदो पेपर शुरू, जो जीरी का कम खत्म पेपर खत्म। अनपढ़ा नू की पता है, इनू कहते हैं सेमेस्टर सिस्टम। सब पता मास्टर सिस्टम ही है, साढ़े बेले तो मास्टर ही पढ़ाते हैं, मास्टर सिस्टम है सारे। ओ मास्टर सिस्टम नहीं, सेमेस्टर सिस्टम, सेमेस्टर सिस्टम, सेमेस्टर सिस्टम यार। ऐसा पढ़ाने बेरिया तो चले आता सेमेस्टर सिस्टम, उदो भी सेमेस्टर ही पौंदियां थी ओ पढ़ाने वाली कुड़ियां। मास्टर नहीं? हाँ मास्टर नहीं, हूँ भी सेमेस्टर ही है, उही सिस्टम चले आ रहे हैं। ਤੁਸੀਂ ਨਾ ਦੋਹੇ ਜਣੇ ਪਿੰਡ ਦੇ ਮਹਾਂ ਵਿਹਲੇ ਬੰਦੇ ਹੋ, ਤੁਹਾਨੂੰ ਦੋਹਾਂ ਨੂੰ ਗੱਲਾਂ ਤੋਂ ਸਿਵਾਏ ਕੋਈ ਕੰਮ ਨਹੀਂ, ਪੜਕੇ ਆਉਂਦੇ ਹੋ, ਸੂਰਜ ਚੜਾਉਂਦੇ ਹੋ, ਸ਼ਾਮ ਨੂੰ ਸੂਰਜ ਛਿਪਣ ਤੋਂ ਬਾਅਦ ਤੁਸੀਂ ਘਰੇ ਵੜਦੇ ਹੋ, ਕੋਈ ਕੰਮ ਕਾਰ ਨਹੀਂ ਹੈਗਾ ਤੁਹਾਨੂੰ। ਆਹੋ ਅਸੀਂ ਤਾਂ ਨਿਕੰਮੇ ਆ, ਤੂੰ ਆ ਗਿਆ ਵੱਡਾ, ਤੈ ਤਾਂ ਕਹੀ ਲੈ ਕੇ ਜਾਣੀ ਵੀ ਨਾਈ ਵਾਲੇ ਖੇਤ ਪੱਟ ਪੱਟ ਕੇ ਥੱਲੋਂ ਧਰਤੀ ਚੋਂ ਤੇਲ ਕੱਢ ਲਿਆ, ਵੱਡਾ ਅੰਬਾਨੀ ਆ ਗਿਆ, ਇਹ ਕੰਮ ਕਰਦੇ, ਕੰਮ ਦੇ ਨੀ ਕਾਰ ਦੇ ਨੀ। ਇਹ ਸਾਨੂੰ ਵਿਹਲੇ ਦੱਸਦਾ, ਇਹਦੀ ਗੱਲ ਸੁਣ ਲੈ, ਇਹਦੇ ਵਾਲਾ ਬਾਪੂ ਗਿਆ ਇੱਕ ਦਿਨ ਕਾਲਜ ਰਿਜ਼ਲਟ ਦੇਖਣ ਇਹਦਾ। ਅੱਛਾ ਹੈਂ? ਉੱਥੇ ਉਹਦੇ ਬਾਪੂ ਨੇ ਪੁੱਛਿਆ ਇਹਦੇ ਨੇ ਵੀ ਸ਼ੇਰਾ ਪਾਸ ਹੋ ਗਿਆ, ਕਹਿੰਦਾ ਬਾਪੂ ਪਾਸ ਤਾਂ ਹੋ ਗਿਆ ਪਰ ਇਸੇ ਕਲਾਸ ਚ ਇੱਕ ਸਾਲ ਹੋਰ ਲਾਉਣਾ। ਉਹ ਭੋਲਾ ਵਿਚਾਰਾ ਮੇਰੇ ਵਾਂਗੂ, ਕਹਿੰਦਾ ਦੇਖ ਪੁੱਤ ਸਾਲ ਤਾਂ ਚਾਹੇ ਕਲਾਸ ਚ ਇੱਕੋ ਚ ਚਾਰ ਲਾ ਲੈ ਹੈ ਪਰ ਫੇਲ ਨਾ ਹੋਈ। ਉਹ ਉਹਨੂੰ ਪਤਾ ਨੀ ਨੰਬਰਦਾਰ ਨੂੰ ਉਹਦੇ ਬਾਪੂ ਨੂੰ
ਵੀ ਤੂੰ ਨੱਕ ਬਚਾਉਣ ਨੂੰ ਫਿਰਦਾ ਇਹ ਕਿਤੇ ਤੇਰੀ ਗਰਦਨ ਵੱਢੂ ਜਿੱਦੇ ਇਹਦੇ ਬਾਪੂ ਨੇ ਮੋਟਰਸਾਈਕਲ ਜੇ ਤੇਲ ਪਾਉਣ ਨੂੰ ਪੈਸਿਆਂ ਨੂੰ ਜਵਾਬ ਦਿੱਤਾ ਉਦੀ ਗਾਟਾ ਲਾ ਦੂ ਦੇਖ ਲਈ ਪੜਾਕਾ ਪਊ ਜਿੱਦੇ ਤਾਇਆ ਆਪਣੇ ਪਿੰਡ ਪੁਲਿਸ ਆਈ ਚਾਰ ਪੰਜ ਟੈਂਪੂ ਭਰ ਕੇ ਉਹਦੇ ਸਮਝ ਇਹਦੇ ਤੇ ਹੀ ਆਈ ਆ 302 ਵਾਲਾ ਕੇਸ ਤੁਰਿਆ ਫਿਰਦਾ ਤੇ ਸ਼ਹਿਰਾਂ ਦੀਆਂ ਭਾਈ ਜ਼ਿੰਦਗੀਆਂ ਹੋਰ ਨੇ ਸ਼ਹਿਰਾਂ 'ਚ ਭਾਈ ਨਜ਼ਾਰੇ ਲੈਂਦੇ ਨੇ ਦੋ ਤਿੰਨ ਲਾਂਭੇ ਲੈ ਕੇ ਆ ਜਾਂਦੇ ਬਾਥਰੂਮ ਉਹ ਚੱਲ ਬਾਕੀ ਗੱਲਾਂ ਤਾਂ ਛੱਡ ਮੈਨੂੰ ਇਹ ਦੱਸ ਵੀ ਜਿਹੜਾ ਉਹ ਬੱਟਾ ਜਿਹਾ ਹੁੰਦਾ ਪੀਣ ਵਾਲਾ ਕੀ ਸ਼ਹਿਰਾਂ ਵਾਲੇ ਆਪਾਂ ਨੂੰ ਇਹੀ ਸਮਝਦੇ ਪਿੰਡਾਂ ਨੂੰ ਵੀ ਬੁੱਧੂ ਹੀ ਹੁੰਦੇ ਮੈਂ ਭਾਗ ਗਿਆ ਕਿਹੜਾ ਸ਼ਹਿਰ ਮੇਲੇ ਵੇਲੇ ਮੈਂ ਜਾ ਕੇ ਦੁਕਾਨ ਤੇ ਕਿਹਾ ਵੀ ਬੱਤਾ ਦੇ ਮੈਨੂੰ ਦੁਕਾਨਦਾਰ ਨੇ ਵੀ ਬੱਤਾ ਮੈਨੂੰ ਦੇ ਤਾ ਉਹ ਪੀਲਾ ਜਾ ਉਹ ਕੀ ਉਹਦਾ ਗਾਲ ਜੀ ਵਰਗਾ ਨਾ ਹੁੰਦਾ ਝੰਡੇ 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 ਮਾਜ਼ਾ ਮਾਜ਼ਾ ਆਹੋ ਅੰਬ ਆਹੋ ਗਾਲ ਮੈਂ ਪੀ ਲਿਆ ਹੈ ਨਾ ਪੀ ਕੇ ਮੈਂ ਤੁਰ ਪਿਆ ਦੁਕਾਨਦਾਰ ਕਹਿੰਦਾ ਵੀ ਪੈਸੇ ਮੈਂ ਕਿਹਾ ਕਾਹਦੇ ਪੈਸੇ ਕਹਿੰਦਾ ਵੀ ਤੈਨੂੰ ਬੱਤਾ ਪਿਆ ਮੈਂ ਕਿਹਾ ਪਿੰਡਾਂ ਵਾਲੇ ਇੰਨੇ ਕਮਲੇ ਨਹੀਂ ਹੁੰਦੇ ਜਿੰਨੇ ਸਮਝਦੇ ਹੋ ਤੁਸੀਂ ਸਭ ਪਤਾ ਸਾਨੂੰ ਅਸਲੀ ਜਿਹੜਾ ਬੱਤਾ ਹੁੰਦਾ ਉਹ ਪਿਆ ਨਹੀਂ ਤੂੰ ਨਕਲੀ ਪਿਆ ਅਸਲੀ ਬੱਤਾ ਜਿਹੜਾ ਹੁੰਦਾ ਮੈਂ ਕਿਹਾ ਨਾਸਾਂ 'ਚੋਂ ਧੂੰਆਂ ਜਿਹਾ ਕੱਢ ਦਿੰਦਾ ਇਹਨੇ ਉਹ ਤਾਂ ਕੀਤਾ ਬਹੁਤ ਰੌਲਾ ਪਿਆ ਉੱਥੇ ਤਾਇਆ ਹਾਂ ਇੱਕ ਗੱਲ ਦੱਸ ਮੈਂ ਛੋਟਾ ਜਿਹਾ ਸੀ ਉਦੋਂ ਦਾ ਦੇਖਦਾ ਹੋਣਾ ਤੂੰ ਉਹੇ ਜਿਹਾ ਉਹੇ ਜਾ ਤਾਇਆ ਤੇਰੀ ਉਮਰ ਕਿੰਨੀ ਹੈ ਉਮਰ ਉਮਰ ਤੂੰ ਹਿਸਾਬ ਲਾ ਲੈ ਵੀ 3 ਬੀਹਾਂ ਤੇ ਨਹੀਂ 4 ਬੀਹਾਂ ਵਿੱਚੋਂ 5 ਕੱਢ ਲੈ ਇਹ 5 ਕੱਢਣੇ ਕਹਿੰਦੇ ਵਾਸਤੇ ਤਾਇਆ ਵਿੱਚ ਦੀ 5 ਸਾਲ ਮਰ ਗਿਆ ਸੀ ਹਿਸਾਬ ਕਿਤਾਬ ਤਾਂ ਕਰ ਲੈਣ ਦੇ ਹਿਸਾਬ ਕਿਤਾਬ ਕੋਈ ਹਾੜੀ ਸੌਣੀ ਦਾ ਆੜਤੀ ਨਾ ਕਰਦਾ ਸਿੱਧਾ ਕਹਿੰਦੇ ਵੀ ਇੰਨੇ ਸਾਲ ਵਿੱਚੋਂ 3 ਉਹ ਪਾ ਲੈ ਵਿੱਚੋਂ 2 ਉਹ ਕੱਢ ਲੈ ਮੈਂ ਕਹਿੰਦਾ ਇਹ ਗੱਲ ਉਲਝ ਗਈ ਇੱਕ ਝੋਲਾ ਪੈ ਗਿਆ ਮੈਂ ਤੈਨੂੰ ਸ਼ੇਰਾ ਦੱਸਦਾ ਵੀ ਕਿੰਨੇ ਕੋਣਾ ਵੀ ਆਪਣੇ ਪਿੰਡ ਤਾਏ ਦੇ ਹਾਣੀ 2 ਹੋਰ ਨੇ ਬਸ 2 ਹੋਰ ਹਾਂ ਕਿਹੜੇ ਕਿਹੜੇ ਇੱਕ ਤਾਂ ਤਾਈ ਹੋ ਗਿਆ ਜਿਹੜੇ 2 ਹੋਰ ਨੇ ਪਤਾ ਕੌਣ ਨੇ ਕੌਣ ਆਪਣੇ ਪਿਛਲੇ ਟੋਬੇ 'ਚ 2 ਕੱਛੂ ਰਹੇ ਉਹ ਵੀ 2-2-300 ਸਾਲ ਦੇ ਹੋਏ ਪਏ ਨੇ ਤਾਇਆ ਤਾਂ ਜਿੱਦੇ ਮਰਿਆ ਕਹਿੰਦੇ 20 ਦਿਨ ਇਹਨਾਂ ਦੇ ਟੱਬਰ ਨੇ ਆਹ ਟਾਹਣੀ ਨਾਲ ਫੁੱਲ ਟੰਗ ਕੇ ਰੱਖਣੇ ਨੇ ਇੱਥੇ ਮਰੂ ਜਿੱਦੇ ਮਰਿਆ ਇੱਥੇ ਤਾਂ ਹੁੰਦਾ ਕਹਿੰਦੇ ਪੰਚਾਇਤ ਨੇ ਸੋਚਿਆ ਵੀ ਤਾਏ ਦਾ ਨਾ ਮਰਨ ਤੋਂ ਬਾਅਦ ਬੁੱਤ ਵੀ ਇੱਥੇ ਲਵਾਵਾਂਗੇ ਪੰਚਾਇਤ ਕਹਿੰਦੀ ਬੋਰਡ ਦੇ ਥੱਲੇ ਪੇਪਰ ਲਾਉਣਾ ਗੱਲ ਤੂੰ ਛੱਡ ਲੈ ਓਏ ਤੈਨੂੰ ਭੋਰਾ ਖਵਾਵਾਂ ਓਏ ਖਾ ਲਿਆ ਕਰੋ ਕਦੇ ਚੀਜ਼ ਕੋਈ ਕੰਮ ਦੀ ਓਏ ਕਾਲੀ ਨਾਗਣੀ ਆ ਕਾਲੀ ਨਾਗਣੀ ਨਾ 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 ਮੈਂ ਨਹੀਂ ਖਾਣੀ ਓਏ ਖਾ ਲੈ ਇਹਦਾ ਵੀ ਟਾਈਮ ਹੀ ਹੁੰਦਾ ਬੰਦੇ ਨੂੰ 35 ਸਾਲ ਦੀ ਉਮਰ ਤੱਕ ਫੀਮ ਖਾਣ ਲੱਗ ਜਾਣਾ ਚਾਹੀਦਾ ਉਦੋਂ ਬਾਅਦ ਤਾਂ ਫਿਰ ਬਾਈ ਲੇਟ ਹੀ ਲੋਕਾਂ ਨੇ ਗੱਲਾਂ ਬਣਾਈਆਂ ਮੈਨੂੰ 20 ਸਾਲ ਹੋ ਗਏ ਰੋਜ਼ 2-2-3-3 ਵਾਰੀ ਖਾਂਦਾ ਮੈਨੂੰ ਤਾਂ ਆਦਤ ਪਈ ਨੀ ਤੈਨੂੰ ਇੱਕ ਦਿਨ ਚ ਕਿਵੇਂ ਪੈ ਜੂਗੀ ਹਾਜ਼ਰ ਜੀ ਬਾਈ ਬੱਲੇ 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 ਆਧਾ ਸਾਰੇ ਬੰਦੇ ਮਰ ਗਏ ਹੋਣਗੇ ਬਾਈ ਕਾਰ ਉਲਟੀ ਪਈ ਆ ਜੇ ਚੰਗੇ ਆ ਕਾਰ ਤਾਂ ਤਾਇਆ ਸਮਝ ਉਲਟ ਗਈ ਪਰ ਇਹ ਚ ਬੱਲੇ 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 ਕਰਨ ਦੀ ਕੀ ਲੋੜ ਹੈ ਜੇ ਬੰਦੇ ਮਾਰੀ ਗਏ ਸਮਝ ਓਏ 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 ਕਾਰ ਨੀ ਉਲਟੀ ਓਏ ਅਖਬਾਰ ਸਿੱਧਾ ਫੜ ਲਓ ਆ ਦੇਖ ਲਓ ਸਿੱਧਾ ਅੱਛਾ ਮੈਂ ਕਿਤੇ ਉਲਟ ਗਈ ਨਵੀਂ ਕਾਰ ਚੱਲੀ ਹੋਣੀ ਓਏ ਮਸ਼ਹੂਰੀਆ ਕਾਰ ਦੀ ਇਹ ਅੱਛਾ ਕਿੰਨੇ ਕੀ ਦੀ ਹੈ ਬਈ ਇਹ ਹਟ ਜਾ ਦੱਸ ਦੇਣਾ ਕਿੰਨੇ ਕੀ ਦੀ ਉਰੇ ਲਿਖਿਆ ਹੋਊਗਾ ਆ ਲਿਖਿਆ ਹੋਇਆ ਇਹ ਹੈਗੀ 20 ਲੱਖ ਰੁਪਏ ਦੀ 20 ਲੱਖ ਦੀ 20 ਲੱਖ ਨੂੰ ਇਹਦੇ ਤੇ ਛਾਉਣਾ ਲਾਇਆ ਉਹਨਾਂ ਨੇ ਜਾਂ ਫਿਰ ਇਹਦੇ ਟਾਇਰਾਂ 'ਚ ਚਾਂਦੀ ਭਰੀ ਹੋਈ ਆ ਸਮਝ 20 ਲੱਖ ਇਹਦੇ ਲਾਵੇ ਕਾਰ ਤੇ ਲੈ ਉਹ ਬੰਦਾ 5 ਕਿੱਲੇ ਜ਼ਮੀਨ ਦੇ ਲਵੇ 4 ਖੁੱਡ ਬਣਦੇ ਨੇ ਬਈ ਨਾਲ ਲੱਗਦੀ ਜ਼ਮੀਨ ਤਾਂ ਸ਼ੇਰਾ ਛੱਡੇ ਨਾ ਲੈ ਲੈ ਭਾਵੇਂ ਪਾਕਿਸਤਾਨ ਤੱਕ ਲੱਗੀ ਜਾਵੇ ਉਹ ਜ਼ਮੀਨ ਨਹੀਂ ਧੋਖਾ ਦਿੰਦੀ ਜ਼ਮੀਨ ਜੱਟ ਦੀ ਮਾਂ ਹੁੰਦੀ ਆ ਕਾਰ 'ਚ ਲਾਉਣ ਆਉਣੇ ਟਰੈਕਟਰ 'ਚ ਵਗ ਜਾਓ ਤੁਰ ਕੇ ਵਗ ਜਾਓ ਰੱਬ ਨੇ 2 ਲੱਤਾਂ ਲਾਈਆਂ ਨੇ ਉਹ ਮੈਨੂੰ ਕੀ ਕਹੀ ਜਾਂਦਾ ਮੈਂ ਬਣਾਈਏ ਆਹੋ ਤੇਰੇ ਕਾਰਾਂ ਬਣਾਉਣ ਵਾਲੇ ਲੱਛਣ ਦਿੰਦੇ ਆ ਨਹੀਂ ਮਿਲੀ ਅਗਲਾ ਆ ਕੇ ਟਾਟੇ ਦੇ ਮੁੰਡੇ ਦਾ ਸਗਾ ਪਤੀ ਜਾਣਾ ਤਾਂ ਬੁੱਢੂ ਬਣਾ ਕੇ ਨਾ ਰੱਜੇ ਕਾਰ ਬਣਾਏਗਾ ਤੂੰ ਉਹ ਚੰਗਾ ਸਰ ਕੀ ਹਾਲ ਤੇਰਾ ਉਹ ਮੋਦਨਾ ਕਿਵੇਂ ਬਾਈ ਕੀ ਹਾਲ ਹੈ ਉਹ ਠੀਕ ਹੈ ਠੀਕ ਹੈ ਮੋਦਨਾ ਇੱਕ ਗੱਲ ਕਹਾਂ ਬਾਈ ਗੁੱਸਾ ਨਾ ਕਰੀ ਬਾਈ ਕਹਿ ਕਹਿ ਮੂੰਹ ਤੇ ਆਪਾਂ ਗੱਲ ਕਹਿੰਦੇ ਆ ਵੀ ਜਿਵੇਂ ਮਰਜ਼ੀ ਹੋਵੇ ਵੀ ਤੇਰਾ ਯਾਰ ਸ਼ਕਲ ਜੀ ਹੁਣ ਉਹੀ ਘੁਸਮੁਸੀ ਜੀ ਹੋ ਗਈ ਕੀ ਖਾਣਾ ਤੂੰ ਜਦੋਂ ਬੂਥੇ ਤੇ ਪੈਂਦੀਆਂ ਹੁਣ ਕਰੋ ਅਸੀਂ ਕੁਛ ਮੁਸ਼ੀਏ ਬਣਦੀ ਹੈ ਤੈਨੂੰ ਤਾਂ ਤਾਇਆ ਵੱਧ ਪਤਾ ਹੋਣਾ ਤੇਰੇ ਤਾਂ ਨਿੱਤ ਪੈਂਦੀਆਂ ਨੇ ਤਾਏ ਦਾ ਤਾਂ ਫਿਰ ਕੰਮ ਰੋਜ਼ ਦਾ ਘੁੱਟ ਖਾਣਾ ਹੋਰ ਤੂੰ ਸੁਣਾ ਤਾਇਆ ਕਾਇਮ ਹੀ ਆ
ਉਹ ਬਸ ਹੁਣ ਕਾਹਦਾ ਕਾਇਮ ਹੈ, ਚਾਰ ਪੰਜ ਮਹੀਨਿਆਂ ਨੂੰ ਬਸ ਇਹਦਾ ਤਾਂ ਟਾਈਮ ਹੈ। ਤੇਰਾ ਵਹਿਮ ਹੈ, ਮੈਂ ਤਾਂ ਅਜੇ ਹੋਰ ਪੰਜ ਚਾਰ ਸਿਆਲ ਕੱਟੂ। ਅੱਛਾ, ਮੈਂ ਤਾਂ ਸੋਚੀ ਬੈਠਾ ਤੀ ਵੀ ਐਤਕੀ ਸਿਆਲ 'ਚ ਸਾਰੇ ਪਿੰਡ ਨੂੰ ਜਲੇਬੀਆਂ ਖਵਾਏਗਾ। ਉਹ ਸੱਚ ਜਲੇਬੀਆਂ ਤੋਂ ਯਾਦ ਆਇਆ, ਉਹ ਸ਼ੇਰਾ ਉਹ ਤੂੰ ਹੁਣ ਵਿਆਹ ਕਰਾ ਲੈ, ਤੇਰੀ ਬਰਾਤ ਬਰੂਤ ਹੀ ਦੇਖ ਲਈਏ। ਉਹ ਤਾਂ ਸਾਰੇ ਪਿੰਡ ਦੇ ਹਰੇਕ ਇਕੱਲੇ ਇਕੱਲੇ ਘਰ ਦੀ ਤਿੰਨ ਤਿੰਨ ਬਰਾਤਾਂ ਦੇਖ ਆਇਆ ਤੂੰ, ਹੱਥੀ ਬਹਿਆ ਸਾਰਾ ਪਿੰਡ ਪੁੱਤ ਪੋਤੇ ਉਹਨਾਂ ਦੇ ਵਿਆਹ ਤੇ, ਹੁਣ ਤੈਨੂੰ ਹਜੇ ਬਰਾਤਾਂ ਦਾ ਚਾਅ ਹੀ ਰਹਿ ਗਿਆ। ਬਰਾਤ ਹੀ ਦੇਖ ਲਈ, ਤੈਂ ਦੱਸ ਇਹਦੀ ਬਰਾਤ ਜਾ ਕੇ ਰੀਬਨ ਤੇ ਖੜਨੇ, ਤੂੰ ਚਾਰ ਦਿਨ ਕੱਟ ਲੈ ਆਰਾਮ ਆਰਾਮ ਕਰਕੇ। ਤੇਰੇ ਵਰਗਾ ਬਰਾਤ ਜਾਂਦਾ ਉੱਥੇ ਮੁਫਤ ਦੀ ਸ਼ਰਾਬ ਦੇ ਦੋ ਪੈਗ ਵੱਧ ਲਾ ਲੈਂਦਾ, ਰੋਟੀ ਤੋਂ ਪਹਿਲਾਂ ਪਹਿਲਾਂ ਆਈ ਆਕੜ ਜਾਂਦਾ, ਉੱਥੇ ਹੀ ਮਰ ਜਾਂਦਾ, ਫਿਰ ਡੋਲੀ ਤੇ ਅਰਥੀ ਇਕੱਠੀ ਆਉਂਦੇ। ਕਿਉਂ ਇਹਦੇ ਵਿਆਹ 'ਚ ਬੀ ਦਾ ਲੇਖਾ ਪਾਉਣਾ? ਉਹ ਤਾਇਆ ਤੂੰ ਵਿਆਹ ਕਿਆ ਕਰਨਾ, ਤੂੰ ਘਰੇ ਰਿਹਾ ਕਰ। ਨਾਲੇ ਗੱਲ ਸੁਣੋ, ਇਹ ਬਰਾਤ ਵਾਲੇ ਲੱਛਣ ਲੱਗਦੇ ਨੇ ਨੰਬਰਦਾਰਾਂ ਦੇ ਜੇਲੇ ਦੇ, ਇਹ ਬਰਾਤ ਬਰੂਤ ਵਾਲੇ ਨਹੀਂ ਤਾਂ ਕਚਹਿਰੀਆਂ 'ਚ ਨਿਬੇੜਦੇ ਕੰਮ। ਤਾਇਆ ਇਹੋ ਜਿਹਾ ਤਾਂ ਨਾਲ ਦੋ ਪੋਤੇ ਲਿਆਉਂਦਾ ਹੁੰਦਾ, ਜਾ ਕੇ ਨੰਬਰਦਾਰ ਨੂੰ ਕਹੂਗਾ ਟਾਈਮ ਜਿਹਾ ਨਹੀਂ ਮਿਲਿਆ ਸੀ ਦੱਸਣ ਦਾ, ਇਹ ਤੁਹਾਡੇ ਪੋਤੇ ਨੇ ਜੀ, ਨਾ ਹਿੱਲ ਹਿੰਗ ਲੱਗੇ ਨਾ ਫੜਕੜੀ ਰੰਗ ਚੋਖੇ ਦਾ ਚੋਖਾ। ਉਹੀ ਗੱਲ ਮਤਲਬ ਸਮਝ ਹੋ ਜਾਂਦੀ। ਮੈਂ ਤਾਂ ਬਰਾਤ ਬਰੂਤ ਦਾ ਟਾਈਮ ਬਹਾਨਾ ਹੀ ਥੀ, ਮੈਂ ਤਾਂ ਉਹਨਾਂ ਦਾ ਲਾਲਚ ਕਰਦਾ ਸੀ। ਕਿੰਨਾ ਦਾ? ਉਹ ਜਿਹੜੇ ਉਹ ਹੁੰਦੇ ਨੇ ਉਹ ਕੌਣ ਹੁੰਦੇ ਨੇ? ਉਹ ਜਿਹੜੀਆਂ ਚਰਖੇ ਵਾਲੀਆਂ ਹੁੰਦੀਆਂ ਨੇ, ਉਹ ਹੱਥ ਬਾਲਾਂ 'ਚ ਹਜਾਉਣੋ ਹੱਟ ਜਾ ਬੇ, ਤੂੰ ਛੀਚੀ ਮਾਰ ਕੇ ਵਜਾਉਣੋ ਹੱਟ ਜਾ, ਮੈਂ ਤਾਂ ਉਹਨਾਂ ਦਾ ਲਾਲਚ ਕਰਦਾ ਸੀ। ਉਹ ਤਾਇਆ ਤੇਰੀ ਆਪਦੀ ਸੀਟੀ ਵੱਜੀ ਪਈ ਹੈ, ਇਹ ਦੰਦ ਤੇਰੇ ਨਕਲੀ ਨੇ, ਮੂੰਹ 'ਚੋਂ ਵੀ ਫੂਕ ਜੀ ਨਿਕਲਦੀ ਆ। ਜਿਹੜਾ ਇੱਕ ਹੋਰ ਗੀਤ ਜਾ ਹੁੰਦਾ, ਉਹ ਕਹਿੰਦਾ ਵੀ ਨੀ ਮੁੱਕ ਚੱਲੇ ਖਰੇ ਖਰੇ ਕਦੇ ਛਾਦੀ ਵੀ ਗਲੀ 'ਚ ਗੇੜਾ ਮਾਰ। ਉਹ ਤਾਇਆ ਸਾਰੇ ਪਿੰਡ ਦੀ ਹਰੇਕ ਗਲੀ 'ਚ ਚਾਰ ਚਾਰ ਵਾਰੀ ਕੁੱਟ ਖਾਧੀ, ਹੁਣ ਕਿਹੜੀ ਗਲੀ 'ਚ ਗੇੜਾ ਮਰਵਾਏਗਾ ਤੂੰ? ਤਾਇਆ ਤੇਰੇ ਬੜੇ ਕਿੱਸੇ ਸੁਣੇ ਨੇ ਮੈਂ, ਕਹਿੰਦੇ ਜਿਹੜੀ ਵੀ ਗਲੀ 'ਚ ਤੂੰ ਵੜ ਜਾਂਦਾ ਸੀ ਮੂੰਹ ਕਾਲਾ ਕਰਾਏ ਬਿਨਾਂ ਨਹੀਂ ਨਿਕਲਿਆ ਸੀ। ਮੈਨੂੰ ਐਂ ਦੱਸ ਵੀ ਤੇਰਾ ਟੋਟਲ ਕਿੰਨੀ ਕੁ ਵਾਰੀ ਮੂੰਹ ਕਾਲਾ ਹੋਇਆ? ਤੂੰ ਸਾਹਬ ਲਾ ਲੈ ਸ਼ੇਰਾ, ਤਿੰਨ ਚਾਰ ਵਾਰੀ ਤਾਂ ਥੋੜ੍ਹੀ ਵਾਲੀ ਗਲੀ 'ਚ ਮੂੰਹ ਕਾਲਾ ਕਰਾ ਛੇੜਦੇ ਛੱਡੇ ਯਾਰ, ਤੁਹਾਡੇ ਨਾਲ ਕਿਹੜਾ ਮੱਥਾ ਮਾਰੇ? ਸਾਡੇ ਨਾਲ ਕਿਉਂ ਮੱਥਾ ਮਾਰਨਾ? ਚਾਰ ਵਾਰੀ ਮੱਥਾ ਚਬੂਤਰੇ ਮਾਰ ਲਾ, ਤੇਰਾ ਕੰਮ ਨਿਬੜ ਗਿਆ। ਤੂੰ ਕੋਈ ਸੁਣਾ ਰੱਬ ਦੇ ਘਰ ਦੀ ਕੋਈ ਖਬਰ ਵਧੀਆ, ਕੋਈ ਅਕਲ ਵਾਲੀ ਸਾਢੇ 5 ਕਰੋੜ 'ਚ ਇਹ ਬਈ ਬੱਲੇ 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 ਵੀ ਇਹ ਆਪਣੇ ਮੁਲਕ ਦੇ ਪਨੇਰਾ ਹੈ, ਕਿਹੜੇ ਮੁਲਕ ਨੂੰ ਵੇਚਦੇ ਬਈ? ਜਿਹੜੇ ਵਧੀਆ ਖੇਡਦੇ ਨੇ ਉਹਨਾਂ ਨੂੰ ਵੇਚ ਦਿੰਦੇ ਨੇ, ਫਿਰ ਆਪਾਂ ਕਿਵੇਂ ਜਿੱਤਾਂਗੇ? ਪੈਸੇ ਦਾ ਇੰਨਾ ਲਾਲਚ ਵੱਧ ਗਿਆ, ਇਹ ਕਿਸੇ ਮੁਲਕ ਨੂੰ ਨਹੀਂ ਵੇਚੇ, ਹਾਂ ਇਹਨਾਂ ਦੀ ਬੋਲੀ ਲੱਗੀ ਆ ਬੋਲੀ। ਇਹ ਮੇਰੀ ਗੱਲ ਸੁਣ, ਇਹ ਤੂੰ ਪਲੇਰਾਂ ਦੀ ਗੱਲ ਕਰਦਾ ਜਾਂ ਬਲਦਾਂ ਦੀ? ਉਹ ਬੋਲੀ ਲੱਗੀ ਆ, ਇਹ ਮੰਡੀਆਂ ਡੰਗਰਾਂ ਦੀਆਂ ਸੁਣੀਆਂ ਨੇ, ਹੁਣ ਟਰੈਕਟਰਾਂ ਦੀਆਂ ਮੰਡੀਆਂ ਲੱਗਦੀਆਂ ਨੇ, ਇਹ ਹੁਣ ਵੀ ਆਪਣੇ ਖੇਡਣ ਵਾਲਿਆਂ ਦੀ ਵੀ ਮੰਡੀ ਲੱਗ ਗਈ, ਵੀ ਬੋਲੀ ਲੱਗ ਗਈ। ਨਾ ਨਾ, ਇਹਨਾਂ ਦੀ ਉਹ ਬੋਲੀ ਨਹੀਂ ਲੱਗੀ, ਇੰਨੇ ਪੈਸੇ ਦੇ ਕੇ ਇਹ ਖੇਡਣਗੇ, ਇਹਨਾਂ ਨੂੰ ਖੜਾਉਣਗੇ, ਜਿਵੇਂ ਕਿ ਪ੍ਰੀਟੀ ਜੈਂਟਾ ਉਹ ਦੇਖੀਏ ਫਿਲਮਾਂ ਵਾਲੀ, ਜਿਹਦੇ ਉਹ ਗੱਲਾਂ 'ਚ ਟੋਏ ਪੈਂਦੇ ਨੇ, ਇਹ ਉਹਨੇ ਖਰੀਦੇ ਨੇ ਇਹ। ਅੱਛਾ, IPL ਹੈ, IPL 'ਚ ਉਹਨੇ ਖਰੀਦੇ ਨੇ ਇਹ। ਨਾ ਮੈਨੂੰ ਇਹ ਦੱਸੋ ਵੀ ਚੰਗੇ ਭਲੇ ਖੇਡਦੇ ਫਿਲਮਾਂ ਵਾਲੀ ਕਿਉਂ ਲੈ ਗਈ ਉਹਨਾਂ ਨੂੰ? ਫਿਲਮਾਂ ਵਾਲੀ ਲੈ ਕੇ ਨਹੀਂ ਗਈ, ਫਿਲਮਾਂ ਵਾਲੀ ਉਹਨਾਂ ਨੂੰ ਖੜਾਊਗੀ। ਨਾ ਹੁਣ ਜਨਾਨੀਆਂ ਖੜਾਉਣਗੀਆਂ ਬੰਦਿਆਂ ਨੂੰ, ਤਾਂ ਕੀ ਗੱਲ ਚੁਗਾਏ ਨੇ? ਕਈ ਵਾਰੀ ਐਂ ਹੁੰਦਾ ਵੀ ਜਨਾਨੀ ਨੇ ਵੀ ਖੇਡਣਾ ਹੁੰਦਾ। ਫਿਰ ਕੀ ਇਹ ਮੈਨੂੰ ਸਮਝ ਨਹੀਂ ਆਈ ਗੱਲ ਦੀ। ਉਹ ਯਾਰ ਕਿਵੇਂ ਸਮਝਾਵਾਂ ਮੈਂ ਤੁਹਾਨੂੰ, ਉਹ ਉਹਨਾਂ ਨੂੰ ਪੈਸੇ ਦਊਗੀ ਖੇਡਣ ਦੇ ਯਾਰ। ਖੇਡਣ ਦੇ ਵੀ ਪੈਸੇ ਮਿਲਣ ਲੱਗ ਗਏ? ਜਦੋਂ ਮੈਂ ਖੇਡਦਾ ਹੁੰਦਾ ਛੋਟਾ ਹੁੰਦਾ, ਮੇਰੇ ਬਾਪੂ ਕੰਨ ਤੇ ਮਾਰਦਾ ਥੱਪੜ, ਕਹਿੰਦਾ ਖੇਡੀ ਹੀ ਜਾਂਦਾ, ਉਹ ਕੰਮ ਕਰਦਾ, ਪੈਸੇ ਵੀ ਮਿਲਣ ਲੱਗ ਗਏ। ਉਹ ਚੰਡਿਆ ਪੈਸੇ ਦਾ ਲਾਲਚ ਵੱਧ ਗਿਆ, ਆ ਪੈਸੇ ਦੇ ਲਾਲਚ ਨੂੰ ਤਾਂ ਮੰਤਰੀ ਮੁੰਤਰੀ ਜੇ ਵੀ ਲੱਗ ਪਏ ਖੇਡਣ, ਹੱਥ ਆਪੀ ਜੀ ਆਹੋ ਉਹ ਮੰਤਰੀ ਖੇਡਣ ਹੀ ਲੱਗ ਪਏ, ਤਾਂ ਚੈਰਿਟੀ ਮੈਚ ਕਰਾਇਆ ਸੀ ਉਹਨਾਂ ਨੇ। ਇਹ ਕੀ ਹੁੰਦਾ ਵੀ ਚਾਚੀ ਮੈਚ? ਇਹ ਜਿਹੜੇ ਅਪੰਗ ਹੁੰਦੇ ਨੇ, ਜਿਨ੍ਹਾਂ ਦੇ ਹੱਥ ਬਾਂਹ ਖਰਾਬ ਹੁੰਦੇ ਨੇ, ਇਹ ਉਹਨਾਂ ਵਾਸਤੇ ਪੈਸੇ ਇਕੱਠੇ ਕੀਤੇ ਸੀ ਤਾਂ ਮੰਤਰੀ ਖੇਡੇ ਸੀ। ਮੰਤਰੀ ਲੰਮਿਆਂ ਨੇ ਸਾਰਿਆਂ ਨੇ ਮਤਲਬ ਬੱਲਾ ਛੱਕੇ ਲਾਏ, ਸਾਰੇ ਖੇਡੇ ਅਕਾਲੀ ਤੇ ਕਾਂਗਰਸ ਖੇਡੇ। ਅੱਛਾ 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 ਅੱਛਾ, ਦੇਖ ਲਾ ਤਾਇਆ ਜ਼ਮਾਨਾ। ਉਹ ਕਈ ਤਾਂ ਉਹਨਾਂ 'ਚ ਖਿਡਾਰੀ ਐਂ ਲੱਗਦੇ ਥੇ, ਐਡੇ ਵੱਡੇ ਵੱਡੇ ਢਿੱਡ ਜਿਵੇਂ 3-4 ਫੁੱਟ ਵਾਲਾਂ ਖੁਦ ਖਾ ਗਏ ਹੋਣ। ਆਹੋ ਭਾਈ, ਹੋਰ ਸੁਣਾ, ਹੋਰ ਖਬਰ ਸੁਣ ਲਓ। ਇਹ ਆਹ ਦੇਖ ਲਾ, ਮੁਕਤਸਰ ਨੌਜਵਾਨ ਮੁੰਡਾ ਮਰ ਗਿਆ, ਦੇਖ ਲਾ ਕਿੱਡਾ ਸੋਹਣਾ ਮੁੰਡਾ, ਫੋਟੋ ਵੀ ਹੈ ਨਾਲ।
ਉਹ ਬਈ ਸ਼ਰਾਬਾਂ ਮਾੜੀਆਂ ਹੈਗੀਆਂ, ਸ਼ਰਾਬਾਂ ਚ ਪਾਉਣ ਲੱਗ ਗਏ ਟੀਕੇ ਟੂਕੇ ਜੇ, ਉਹ ਸ਼ਰਾਬ ਫੇਫੜੇ ਖਤਮ ਕਰ ਦਿੰਦੀ ਹੈ, ਬੰਦੇ ਨੂੰ ਖਾ ਜਾਂਦੀ ਹੈ। ਨਾ 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 ਨਾ, ਸ਼ਰਾਬ ਪੀ ਕੇ ਨਹੀਂ ਮਰਿਆ ਇਹ। ਉਹ ਭੁੱਕੀਆਂ ਕਿਹੜਾ ਅਸਲੀ ਆਉਂਦੀਆਂ ਨੇ, ਵਿੱਚੋਂ ਹੀ ਘੋੜਿਆਂ ਦੀਆਂ ਲਿੱਦਾਂ ਆਰਿਆਂ ਦੇ ਬੂਰ ਪਾਉਂਦੇ ਨੇ, ਮਾੜੀਆਂ ਆ ਗਈਆਂ ਹੁਣ ਭੁੱਕੀਆਂ। ਭੁੱਕੀ ਖਾ ਕੇ ਵੀ ਨਹੀਂ ਮਰਿਆ ਇਹ। ਉਹ ਫਿਰ ਫੀਮ ਕਿਹੜਾ ਅਸਲੀ ਦਿੰਦੇ ਨੇ, ਸਟਿੱਕ ਨਹੀਂ ਦਿੰਦੇ ਨੇ, ਉਹਦੇ ਵਿੱਚ ਪਤਾ ਨਹੀਂ ਕੀ ਕੁਛ ਗੰਦ ਮੰਦ ਸਵਾ ਕੇ ਚੰਡਿਆ। ਫੀਮ ਤਾਂ ਖਾਂਦਾ ਹੀ ਨਹੀਂ ਸੀ ਇਹ। ਫਿਰ ਬੀਕਾ ਸੂਲਦੇ ਆ ਜਿਹੜੇ ਰੋਮੋਟਲ ਕਰੋਮੋਟਲ ਜਿਹੜੇ ਸੂਏ ਜੇ ਵੀ ਚੱਲ ਪਏ, ਇਹ ਬੰਦਿਆਂ ਨੂੰ ਖਤਮ ਕਰ ਰਹੇ ਨੇ ਯਾਰ। ਨਸ਼ਾ ਤਾਂ ਕੋਈ ਕਰਦਾ ਹੀ ਨਹੀਂ ਸੀ। ਕੋਈ ਨਸ਼ਾ ਹੀ ਨਹੀਂ ਕਰਦਾ ਸੀ ਨਾ। ਆ ਲੈ ਦੇਖ ਲਾ। ਅੱਛਾ ਮਰ ਗਿਆ ਹੈ। ਮਰ ਗਿਆ ਫਿਰ ਖਬਰ 'ਚ ਖਬਰ ਲਾਉਣ ਦੀ ਕਿਹੜੀ ਲੋੜ ਪਈ ਤੀ ਜੇ ਨਸ਼ਾ ਹੀ ਨਹੀਂ ਕਰਦਾ ਤੀ, ਜਿਹੋ ਜਿਹਾ ਡੰਗਰ ਮਰ ਗਿਆ, ਜਿਹੋ ਜਿਹਾ ਇਹ ਮਰ ਗਿਆ। ਉਹ ਕਹਿੰਦੇ ਖਾਣ ਪੀਣ ਹੀ ਜਾਣਾ ਨਾਲ, ਇੱਜ਼ਤ ਦਾ ਕੀ ਆ, ਕਦੇ ਘੱਟ ਗਈ ਕਦੇ ਵੱਧ ਗਈ। ਹਾਜ਼ਰ ਜੀ ਨਜ਼ਾਰਾ ਅੱਜ ਦਾ। ਉਹ ਤਾਇਆ ਸੈਲਾਂ ਤੇ ਹੱਸਦਾ, ਤੂੰ ਸਮਝ, ਨਾਲੇ ਟੱਸਾਂ ਹੀ ਭੰਨ ਕੇ ਐ ਨਾ ਹੱਸਿਆ ਕਰ, ਕਦੇ ਹੱਸਦਾ ਹੱਸਦਾ ਐਸੇ ਕੀਤਾ ਨਾ, ਇੱਥੇ ਹੀ ਪ੍ਰਾਣ ਨਿਕਲ ਜਾਣੇ ਨੇ। ਫਿਰ ਐਂ ਕਿਵੇਂ ਨਿਕਲ ਜਾਣਗੇ ਪਜਾਣ, ਪਜਾਣੀਆਂ ਖਰਾਕਾਂ ਖਾਧੀਆਂ ਹੋਈਆਂ ਨੇ। ਇਹ ਤਾਂ ਮੈਂ ਮੰਨਦਾ, ਤੈਨੂੰ ਤੇਰੇ ਘਰਦਿਆਂ ਨੇ ਕਦੇ ਤਾਜ਼ੀ ਰੋਟੀ ਪਕਾ ਕੇ ਤਾਂ ਦਿੱਤੀ ਨਹੀਂ, ਚਾਰ ਪੰਜ ਦਿਨ ਪੁਰਾਣੀਆਂ ਬਈਆਂ ਰੋਟੀਆਂ ਖਵਾਉਂਦੇ ਆ। ਐਂ ਭਾਵੇਂ ਨੇ ਐਂ ਤੇਰੀਆਂ ਨੂੰਹਾਂ ਸਿੱਟ ਦਿੰਦੀਆਂ ਰੋਟੀ ਤੇਰੇ ਸਾਹਮਣੇ। ਆ ਦੂਜੀ ਰੋਟੀ ਸਿੱਟ ਕੇ ਦਿਖਾਈ, ਬਸ ਦੋ ਤੋਂ ਵੱਧ ਨਹੀਂ ਤੈਨੂੰ ਤੇਰੇ ਘਰ ਦੇ ਦਿੰਦੇ ਰੋਟੀ, ਉਹ ਤੋਂ ਬਾਅਦ ਥਾਲੀ ਚੱਕ ਲੈਂਦੇ ਆ। ਲੈ ਬੱਤੇ ਵੰਡੀਏ ਫਿਰ। ਉਹ ਕਿਵੇਂ ਮਾਰਿਆ ਲੋਟ, ਤੂੰ ਸੁਣਾ ਨਾ ਦੇਖ ਜੈ ਜੀ ਸ਼ਕਲ ਜੋ ਹੋਏ ਜਾਣਾ। ਲੋਟ ਸੁਣਾ ਚੰਡਾ ਸਿਆ ਖੇਡਦੀ ਆ ਕਾਟੋ ਫੁੱਲਾਂ ਤੇ। ਮੈਂ ਕਿਹਾ ਫੁੱਲਾਂ ਤੇ ਕਿਆ ਬੜਾ ਗਿਆ, ਕਾਟੋ ਤਾਂ ਹੁਣ ਕਈ ਮੈਚ ਜਿੱਤ ਗਈ ਖੇਡ ਖੇਡ ਕੇ, ਹੁਣ ਤਾਂ ਫੁੱਲ ਖਾਂਦੀ ਆ। ਤੂੰ ਸੁਣਾ ਮਾਲ ਤੇਰੇ ਕੋਲ ਅਸਲੀ ਹੈ ਕਿ ਕਿਵੇਂ ਹੋਏ? ਮੈਂ ਕਿਹਾ ਕੀ ਪੁੱਛਦਾ, ਤੜਕੇ ਦੀ ਬਾਜਰੇ ਦੇ ਦਾਣੇ ਜਿਹੀ ਖਾਧੀ ਹੈ ਤੇ ਆਹ ਦੇਖ ਲੈ ਬੋਰਡ ਮੈਨੂੰ ਪੂਰੀ ਵਾਂਗੂ ਭੁੱਕਦਾ ਸੀਗਾ। ਤੜਕੇ ਦਾ ਜਹਾਜ਼ ਤੇ ਚੜਿਆ ਮੈਂ ਤਾਂ, ਹਲੇ ਤੱਕ ਥੱਲੇ ਉਤਰੇ ਹੀ ਨਹੀਂ। ਕੋਈ ਸਦਕੇ ਜਾਈਏ ਅਫਗਾਨਿਸਤਾਨੀਆਂ ਦੇ ਜਿਨ੍ਹਾਂ ਨੇ ਫੀਮ ਵਰਗੀ ਚੀਜ਼ ਬਣਾਤੀ ਮੇਰੇ ਸਹੀ। ਮੇਰੀ ਗੱਲ ਸੁਣ, ਅੱਜ ਤੂੰ ਜਹਾਜ਼ ਆਪਣਾ ਥੱਲੇ ਲਾ ਲੈ, ਕਿਸੇ ਦਾ ਚਵਾੜਾ ਨਾ ਤਾਂ ਜੀ। ਨਾਲੇ ਆ ਜਿਹੜੇ ਅਫਗਾਨਿਸਤਾਨ ਜਿਹਦੀਆਂ ਗੱਲਾਂ ਕਰਦਾ ਨਾ, ਉੱਥੋਂ ਵਾਲੇ ਮਾਰਦੇ ਨੇ ਵੱਡੀਆਂ ਬਿਲਡਿੰਗਾਂ 'ਚ ਜਹਾਜ਼। ਉਹ ਜਿਹੜਾ ਦਲੇਨ ਦਲੂਨ ਮਤਲਬ ਹੁੰਦਾ ਉਹ ਵੀ ਆਹ ਮਸ਼ਹੂਰੀ ਜੀ ਕਾਹਦੀ ਆਹ ਇਹ ਹੈਗੀ ਸ਼ੈਂਪੂ ਦੀ। ਇਹ ਸਿਰ ਦੇ ਵਾਲਾਂ ਤੇ ਲਾਉਣ ਨਾਲ ਨਾ ਰੇਸ਼ਮ ਵਰਗੇ ਵਾਲ ਹੁੰਦੇ ਨੇ ਚਮਕਦਾ। ਮੈਂ ਝੂਠ ਆ, ਮੈਂ ਟੈਲੀਵਿਜ਼ਨ ਤੇ ਦੇਖਿਆ ਇੱਕ ਵਾਰੀ, ਉਹ ਆ ਗਈ ਫਿਲਮਾਂ ਯਾਰੀ, ਕਹਿੰਦੀ ਮੇਰੀ ਰੇਸ਼ਮੀ ਲਗਾ ਕੇ ਬਾਲ ਐਸੇ ਹੋ ਜਾਂਦੇ ਹੈ। ਮੈਂ ਕਿਹਾ ਚੱਲ ਤੇਰੀ ਚਾਚੀ ਵਾਸਤੇ ਲਿਆ ਦਿੰਦੇ ਹਾਂ ਸ਼ੂੰਪੜੂ ਜਾ, ਵੀ ਚੱਲ ਨਾਲੇ ਤਾਂ ਸ਼ੈਂਪੂ ਜੇ ਦੇ ਬਹਾਨੇ ਨਹਾ ਲਿਆ ਕਰੂਗੀ, ਹੁਣ ਤਾਂ ਹਾੜੀ ਸੋਹਣੀ ਨਹਾਉਂਦੀ ਹੈ, ਤੇ ਨਾਲੇ ਹੋ ਜਾਣਗੇ ਬਾਲ ਥੋੜੇ ਜਿਹੇ ਸਿਲਕੀ ਸੁਲਕੀ ਕਿਹੜੇ ਹੁੰਦੇ ਨੇ। ਅੱਛਾ ਉਹ ਲਿਆ ਕੇ ਮੈਂ ਸ਼ੈਂਪੂ ਜਾ ਦੇਤਾ ਤੇਰੀ ਚਾਚੀ ਨੂੰ, ਉਹਨੇ ਤਿੰਨ ਦਿਨ ਲਾਇਆ ਬਾਈ ਸਿਰ ਤੇ। ਫਿਰ ਫਿਰ ਕੀ, ਸਾਰੇ ਸਿਰ ਦੇ ਵਾਲ ਝੜ ਗਏ ਤੇਰੀ ਚਾਚੀ ਦਾ ਸਿਰ ਰੋਡ ਤੇ ਤੇ ਬਸ ਦੇ ਟਾਰਾ ਫੜ ਕੇ ਨਿਕਲਿਆ। ਜਵਾਨੀ ਪੈ ਜੇ ਇੱਕ ਗੱਲ ਆਈ ਹੋਈ ਸੀ, ਮੈਂ ਸ਼ਨਾਮ ਗਿਆ ਬਾਜ਼ਾਰੋਂ ਲੈਣ ਇਹ ਸਾਬਣ। ਅੱਛਾ ਮੈਂ ਕਿਹਾ ਵੀ ਕੇਸ ਕੂਸ ਧੋ ਲਈਏ, ਲੱਭੜੇ ਹੋਈ ਤੇ ਦਾੜੀ ਦੂੜੀ ਵੀ, ਮੈਂ ਕਿਹਾ ਚਲੋ ਆਪਾਂ ਵਧੀਆ ਸਾਬਣ ਲਿਆਈਏ। ਜਦੋਂ ਮੈਂ ਲਾਈ ਸਾਰਾ ਸਿਰ ਰੋਡਾ ਹੋ ਗਿਆ, ਮੂੰਹ ਰੋਡਾ ਹੋ ਗਿਆ, ਸਾਰਾ ਮੈਨੂੰ ਚੜਿਆ ਗੁੱਸਾ। ਮੈਂ ਚੱਕਿਆ ਖੂੰਡਾ, ਦੂਜੇ ਦਿਨ ਗਿਆ ਦੁਕਾਨ ਤੇ ਉਸੇ ਕਿਹਾ ਗੱਲ ਸੁਣ ਓਏ ਲਾਲਾ, ਆ ਮੇਰੇ ਨਾਲ ਤੂੰ ਕੀ ਕੀਤਾ ਹੈ? ਮੈਂ ਕਿਹਾ ਤੇਰੀ ਸਾਬਣ ਲਾਈ ਤੇ ਮੇਰਾ ਆਹ ਹਾਲ ਹੋ ਗਿਆ। ਉਹਨੇ ਜਮਾ ਹੀ ਹੱਦ ਕਰਤੀ ਪਤੰਦਰ ਨੇ ਅੱਗੋਂ ਕੀ, ਉਹ ਕਹਿੰਦਾ ਸੌ ਮਹਾਰਾਜ ਦੀ ਤੇਰੀ ਸ਼ਕਲ ਦਾ ਤਾਂ ਅਜੇ ਤੱਕ ਮੇਰੀ ਦੁਕਾਨ ਤੇ ਕੋਈ ਬੰਦਾ ਹੀ ਨਹੀਂ। ਹੁਣ ਸਮਝੋ ਲੜਦਾਰ ਨਹੀਂ ਤਾਂ ਜਿਹੜੇ ਸਿਰ ਦੇ ਵਾਲ ਤਾਂ ਆਈ ਜਾਂਦੇ ਨੇ, ਪਰ ਕਿੱਥੋਂ ਆਉਣ ਦਿੰਦਾ ਮੈਂ? ਜਦੋਂ ਲੜਾਈ ਝਗੜਾ ਹੁੰਦਾ ਮੈਂ ਵਾਲ ਪੱਟ ਦਿੰਦਾ,
ਬਾਬਾ ਥੱਪੜ ਥੱਪੜ ਚਾਰ ਮਾਰ ਹੀ ਲਈਦਾ ਤੂੰ ਰੋ ਵੀ ਰੱਖਿਆ ਕਰ ਮੇਰਾ ਤਾਂ ਪੂਰਾ ਰਹਿਦਾ ਤਾਇਆ ਮੈਂ ਕਹਿੰਦੀ ਦੇਖ ਬਹੁਤ ਬੋਲਦੀ ਹੈ ਦੇਖ ਸਟਾਕ ਦੀ ਤੀਵੀਂ ਨੀ ਗੱਲਾਂ ਦੋ ਦੋ ਕੁਇੰਟਲ ਆਪਾਂ ਤਾਂ ਰੋਬ ਰੱਖੀ ਤਾਂ ਮੂਹਰੇ ਨਾ ਬੋਲ ਗਈ ਜਿਵੇਂ ਉਹ ਗੱਲ ਨੀ ਹੈਗੀ ਕਿ ਰੰਨ ਕੁੱਟ ਕੇ ਸਿੱਧੀ ਨਾ ਕੀਤੀ ਜਿਹਨੇ ਲਾਲ ਪਰੀ ਨਾ ਪੀਤੀ ਕਾਹਦਾ ਜੇ ਹੁਣ ਜੱਗ ਤੇ ਕਹਿੰਦਾ ਭੰਨ ਭੰਨ ਕੇ ਪੱਖੀਆਂ ਚ ਰਾਤ ਪਾ ਲਿਆ ਕਰੋ ਆਪਾਂ ਚੰਡ ਰਾਬਤਾ ਜਿਹੜੀ ਦਾ ਜੇ ਮੂਹਰੋਂ ਥੋੜੇ ਬੋਲ ਪਏ ਮੈਂ ਤੋਂ ਨੀ ਬਰਦਾਸ਼ਤ ਬਹੁਤ ਬੋਲਦੀ ਆ ਬੜੀ ਤੀਵੀਂ ਕੱਬੀ ਆ ਜਾ ਰਹੀ ਤੇ ਤੇਰਾ ਬਹਿ ਜੇ ਬੇੜਾ ਬੁੜੇ ਖੁੰਡ ਦਾ ਤੈਨੂੰ ਸ਼ਰਮ ਤਾਂ ਨੀ ਆਉਂਦੀ ਚੌਰਾ ਮੇਰੇ ਬੰਦੇ ਨੂੰ ਪੁੱਠੀਆਂ ਮੱਤਾਂ ਦਿੰਦੇ ਨੂੰ ਹੈ ਬੇ ਤੂੰ ਆਪਦੀ ਬੱਗੀ ਦਾੜੀ ਦੀ ਸ਼ਰਮ ਤਾਂ ਮੰਨ ਲੈ ਬੁੜੀ ਕਦਾਂ ਆਪਦੀ ਪੱਟ ਪੱਟ ਮਾਰਤੀ ਢਹਿ ਜਾਣਾ ਨਾ ਹੋਵੇ ਤਾਂ ਨਾ ਮਾੜਿਆ ਤੈਨੂੰ ਸ਼ਰਮ ਨੀ ਆਉਂਦੀ ਬੇ ਖਾ ਕੇ ਫੀਮ ਦਾ ਗੋਲਾ ਬੁੜੇ ਦੇ ਗੋਡੇ ਨਾਲ ਜੁੜਾ ਬੈਠਾ ਹੈ ਤੈਨੂੰ ਘਰੇ ਕੰਮ ਕਰ ਹੈ ਕਿ ਨਹੀਂ ਮੱਛੀਆਂ ਇਹ ਸਾਰਾ ਟੱਬਰ ਇੱਕ ਮੰਜਾ ਟੇਢਾ ਕਰਕੇ ਨਾ ਉਹਨੇ ਗੁਸਲ ਕਰਨਾ ਤਾਂ ਹੈ ਨੀ ਮੱਛੀਆਂ ਕਿਵੇਂ ਮਾਰਦਾ ਭਕਾਈ ਪੈਰਾਂ ਤੇ ਖੜਾ ਨੀ ਹੋਇਆ ਜਾਂਦਾ ਮੱਛ ਫੜੂਗਾ ਇਹ ਕਰਦਾ ਕੁੱਤੇ ਵਾਲੀ ਨਾ ਆ ਦੇਖ ਆ ਨੰਬਰਦਾਰਾਂ ਦਾ ਵਿਹਲੜ ਹੈ ਨਾ ਤੈਨੂੰ ਸ਼ਰਮ ਨੀ ਆਉਂਦੀ ਕਾਕਾ ਨਾ ਤੈਨੂੰ ਇਹਨਾਂ ਵਿਹਲੜਾਂ ਤੋਂ ਕੀ ਧਿਆ ਦੂ ਚੌੜਿਆਂ ਚੋਂ ਇਹ ਤਾਂ ਖਾਈ ਹੰਡਾਈ ਬੈਠੇ ਨੇ ਤੂੰ ਕਾਕਾ ਦੋ ਅੱਖਰ ਪੜ ਲੈ ਕੰਮ ਆਉਣਗੇ ਤੇਰੇ ਚਾਚੀ ਮੈਂ ਤਾਂ ਇੱਥੋਂ ਦੀ ਨੰਗਿਆ ਜਾਂਦਾ ਸੀ ਆਹ ਤਾਏ ਨੇ ਮੈਨੂੰ ਆਗ ਮਾਰ ਕੇ ਬੁਲਾਇਆ ਕਹਿੰਦਾ ਅਖਬਾਰ ਚੋਂ ਚਾਰ ਖਬਰਾਂ ਪੜ ਕੇ ਸੁਣਾ ਦੇ ਮੈਂ ਤਾਂ ਆਇਆ ਮੈਂ ਤਾਂ ਮੇਰਾ ਪੇਪਰ ਹੈ ਕੱਲ ਨੂੰ ਉਹ ਖਬਰਾਂ ਪੜਨੀਆਂ ਚਾਹੀਦੀਆਂ ਲਣਦਾਰ ਨਹੀਂ ਹਾਂ ਅੱਛਾ ਆਹ ਤਾਇਆ ਖਬਰਾਂ ਪੜਨ ਨੂੰ ਆਦਾ ਸੀ ਹੈ ਨਾ ਇਹ ਤੈਨੂੰ ਖਬਰਾਂ ਵਾਲਾ ਦੀਦਾ ਆ ਇਹਨੂੰ ਤਾਂ ਚਸਕ ਹੈ ਆ ਅਖਬਾਰ ਚੋਂ ਰੰਗ ਬਰੰਗੀਆਂ ਤੀਵੀਆਂ ਦੀਆਂ ਮੂਰਤਾਂ ਦੇਖਦਾ ਤੀਵੀਆਂ ਦੀਆਂ ਇਹ ਪੜੋ ਖਬਰਾਂ ਤੂੰ ਸਮਝ ਗੱਲਾਂ ਨਹੀਂ ਹੁੰਦੀਆਂ ਇਹ ਇਹ ਐ ਨਹੀਂ ਹੁੰਦਾ ਹੁਣ ਤਾਇਆ ਆਪਣਾ ਵੀ ਜਿਵੇਂ ਹੁਣ ਆਪਣੇ ਘਰਾਂ ਚੋਂ ਹੈ ਸ਼ਰੀਕੇ ਚੋਂ ਹੈ ਹੁਣ ਐਂ ਹੁੰਦਾ ਬੇ ਤੂੰ ਜਾਣਦੇ ਜਾਣਦੇ ਵੱਡੇ ਸ਼ਰੀਕੇ ਵਾਲੇ ਤਾਏ ਨੂੰ ਬੇ ਆ ਬੰਨੇ ਤੇਰੇ ਮੂਰੇ ਹੱਥ ਬੇ ਬੁੜਿਆ ਖੁੰਡਾ ਹੁਣ ਤਾਂ ਉੱਠ ਜਾ ਇੱਥੋਂ ਆ ਕਿਉਂ ਬੋਰ ਨੂੰ ਜੱਫਾ ਮਾਰਿਆ ਤਾਏ ਤੇ ਪਤਾ ਨਹੀਂ ਕਿਹੜੇ ਕਾਲੇ ਕਾਉ ਖਾ ਕੇ ਜੰਮਿਆ ਬੇ ਤੇਰੇ ਨਾਲ ਦੇ ਤਾਂ ਦੁਬਾਰਾ ਜੰਮ ਜੰਮ ਕੇ ਦਸਵੀਂ ਚ ਹੋ ਗਏ ਤੇ ਤੂੰ ਕਦੋਂ ਉੱਠੇਗਾ ਜਹਾਨ ਤੋਂ ਲੈ ਲੈ ਗੱਲ ਸੁਣ ਕੇ ਮਾਰਿਆ ਆਇਨਰ ਜੇ ਛੋਟੀ ਨੂੰ ਇਹਦੀ ਕਹੂਗੀ ਆ ਕਿ ਸਾਡਾ ਬੁੜਾ ਤਾਂ ਜਣੀ ਨਾ ਐਤਕੀ ਦਾ ਸਾਲ ਲਗਾਉਂਦਾ ਨਹੀਂ ਲੈ ਐਤਕੀ ਦਾ ਸਿਆਲ ਕੇ ਮੈਨੂੰ ਤਾਂ 10 ਸਾਲ ਹੋ ਗਏ ਸੁਣਦੀ ਨੂੰ ਬੇ ਇਹ ਤਾਂ ਮਰਦਾ ਨਹੀਂ ਹੁਣ ਕਿਤੇ ਨੇੜੇ ਤੇੜੇ ਹੈ ਬੇ ਦੇਖ ਕਿਵੇਂ ਖਾ ਖਾ ਕੇ ਅੰਨ ਪਸਰਿਆ ਕਾਕਰ ਉਹ ਗੱਲ ਸੁਣ ਤੂੰ ਇਹਨੂੰ ਮਾਰ ਕੇ ਦੱਸ ਤੈਂ ਇਹਦੀ ਅਰਥੀ ਤੋਂ ਪੈਸੇ ਚੁਗਣੇ ਨੇ ਕੋਈ ਲੈਣੇਦਾਰ ਨਹੀਂ ਗੱਲਾਂ ਉਹੀ ਮਰਨ ਮਨਾਉਣ ਵਾਲੀਆਂ ਕੀ ਲੈ ਮੈਂ ਚੁਗੂ ਇਹਦੀ ਚੋਰੇ ਦੀ ਅਰਥੀ ਤੋਂ ਪੈਸੇ ਬੇ ਜਿੱਦੇ ਇਹ ਮਰ ਗਿਆ ਨਾ ਇਹ ਮੈਂ ਤਾਂ ਸਾਰੇ ਪਿੰਡ 'ਚ ਗੁੜ ਵਾਲੇ ਚੌਲਾਂ ਦਾ ਕੜਾਹਾ ਕਰਕੇ ਵੰਡੂ ਨਾ ਬੇਜੀ ਗੱਲ ਸੁਣ ਮੇਰੇ ਮਨ ਦੇ ਤਾਂ ਤੂੰ ਚੌਲਾਂ ਦਾ ਕੜਾਹਾ ਕੱਢੇਂਗੀ ਹੈ ਜਦੋਂ ਤੁਹਾਡਾ ਬੋੜਾ ਮਰਿਆ ਸੀ ਉਹਦੇ ਬਾਰੇ ਗਦੌੜਾ ਫੇਰਿਆ ਸੀ ਕਿਉਂ ਨਹੀਂ ਫੇਰਿਆ ਮੈਂ ਗਦੌੜਾ ਸਾਰੇ ਪਿੰਡ 'ਚ ਗਦੌੜਾ ਫੇਰਿਆ ਮੈਂ ਪਿੰਡ 'ਚ ਚਾਰ ਛੇਰ ਪਤਾਸੇ ਨਹੀਂ ਛਰੇ ਸੀ ਸਰੇ ਨਹੀਂ ਚਾਰ ਛੇਰ ਪਤਾਸੇ ਤੂੰ ਕਿਤੇ ਲਾਉਣੇ ਗਿਆ ਹੋਏਗਾ ਆ ਪੁੱਛੇ ਨੂੰ ਸਾਰੇ ਪਿੰਡ 'ਚ ਗਦੌੜਾ ਫੇਰਿਆ ਮੈਂ ਉਹ ਤੂੰ ਸਾਨੂੰ ਐਵੇਂ ਚੌਰੇ ਚੌਰੇ ਕਹੀ ਜਾਂਦੀ ਆ ਤੂੰ ਦੱਸ ਨਹੀਂ ਨਾ ਮੈਨੂੰ ਬਿੰਦੇ ਚੱਟੇ ਚੌਰਾ ਚੌਰਾ ਕਹੀ ਜਾਂਦੀ ਆ ਹੈ ਸਾਰਾ ਪਿੰਡ ਇੱਕ ਠੱਠ ਕਰ ਰੱਖਿਆ ਮੈਂ ਕਿਸੇ ਦੇ ਘਰੇ ਜੋੜੇ ਭੁੱਲਿਆ ਆ ਬੇ ਤੈਂ ਸਾਰੇ ਪਿੰਡ ਦੇ ਬੰਦੇ ਪੱਟ ਤੇ ਹੈ ਹਲੇ ਆਖੇ ਮੈਂ ਪਿੰਡ ਠੱਠ ਕੀਤਾ ਗੱਲਾਂ ਕਰਦਾ ਇਹ ਉਹ ਦੱਸ ਤੂੰ ਇਹਨੂੰ ਚੌਰਾ ਕਹਿਣੀ ਤੂੰ ਚਲਪਨਾ ਕਾਬਲਾ ਉਹ ਜਿਹੜੀ ਜੱਜ ਜਿਹੜੀ ਉਹੀ ਨਾ ਗੱਲਾਂ ਮਾਰੀ ਅਗਰ ਤੂੰ ਇੱਥੇ ਹੁਣ ਕੀ ਕਰਨਾ ਹੈ ਮੇਰੇ ਉਰੇ ਸਾਰੇ ਪਿੰਡ ਚੋਂ ਹੀ ਥੂ ਥੂ ਕਰਾਈ ਜਾਂਦੀ ਹੈ ਜਾ ਬਾਜਾ ਚਲ ਕੰਮ ਕਰੋ ਨਾ ਤੁਹਾਨੂੰ ਸੰਗ ਸ਼ਰਮ ਹੈ ਕਿ ਨਹੀਂ ਆ ਤੜਕੇ ਚੌਰਾ ਬੁੜਾ ਪਾ ਕੇ ਸੁਰਮਾ ਬਹਿ ਜਾਂਦਾ ਇੱਥੇ ਲੋਕਾਂ ਦੀਆਂ ਤੀਵੀਆਂ ਤਾੜਾਂ ਨੂੰ ਹੈ ਆ ਜਨਾਨੀਆਂ ਨੂੰ ਤਾਂ ਇੱਥੇ ਲੰਗਰ ਆਖਵਾ ਕਰਾ ਪਿਆ ਤੁਸੀਂ ਤੂੰ ਖੜਾ ਹੋ ਜਾ ਕੇ ਇੱਥੋਂ ਮੈਂ ਕੀ ਕਰਨਾ ਘਰੇ ਜਾ ਕੇ ਹੁਣ ਦੱਸ ਫੇ ਖੜਾ ਹੋ ਜਾ ਡੰਗਰ ਭੁੱਖੇ ਖੜੇ ਨੇ ਘਰੇ ਨਾ ਡੰਗਰਾਂ ਨੇ ਹੁਣ ਇਹਨੂੰ ਖਾਣਾ ਉਹ ਤੂੰ ਜਾ ਕੇ ਸੰਨੀ ਲਾ ਦੇ ਨਾ ਮੇਰਾ ਸਿਰ ਖਾ ਮਾਰਾ ਰੋ ਫਿਰ ਤੁਹਾਡੇ ਉਹ ਰੋ ਭਜਾ ਕੇ ਆ ਜਾ ਮੈਂ ਨਹੀਂ ਜਾਂਦਾ ਜਾ ਭਜਾ ਬੇ ਤੂੰ ਖੜਾ ਹੁੰਨਾ ਕਿ ਨਹੀਂ ਉਹ ਤੂੰ ਕੀ ਕਰ ਲੇਗੀ ਖੜਾ ਹੁੰਨਾ ਕਿ ਨਹੀਂ ਮੇਰੇ ਨੋ ਹੈ ਜਿਹੜੀ ਹੈਗੀ ਆ ਮੈਂ ਨਹੀਂ ਮਸੀਤ ਕਰਾਉਣਾ ਐਸਾ ਮੈਂ ਤੈਨੂੰ ਕਹਿਤਾ ਜਾਣਦਾ ਨਹੀਂ ਮੈਨੂੰ ਉਹ ਮੈਂ ਤੈਨੂੰ ਜਾਣਦਾ ਤੇਰਾ ਗਦੌੜਾ ਫੇਰਿਆ ਜਾਣਦਾ ਨਹੀਂ ਮੈਨੂੰ ਮੈਂ ਨਹੀਂ ਆਉਂਦਾ ਘਰੇ ਅੱਛਾ ਆਉਂਦਾ ਨਹੀਂ ਫਿਰ ਤੂੰ ਘਰੇ ਰੋ ਵੀ ਰੱਖਣਾ ਚਾਹੀਦਾ ਕੋਈ ਰੋ ਵੀ ਰੱਖਾ ਅੱਛਾ ਫਿਰ ਤੂੰ ਆਉਂਦਾ ਨਹੀਂ ਮੈਂ ਨਹੀਂ ਆਉਂਦਾ ਮੈਂ ਨਹੀਂ ਆਉਂਦਾ ਤੈਨੂੰ ਤਾਂ ਤੂੰ ਚੰਗਿਆ ਮੇਰੀ ਗੱਲ ਸੁਣ ਓਏ ਰੋਬ ਰੂਬ ਚ ਕੱਖ ਨੀ ਰੱਖਿਆ ਤੂੰ ਜਾ ਕੇ ਡੰਗਰਾਂ ਨੂੰ ਕੱਖ
ਹਾਜ਼ਰ ਜੀ।